ਤੇ ਸਾਡੇ ਸਰਦਾਰ ਗੋਰਾ ਸਿੰਘ ਪਰਿਵਾਰ ਨੇ ਭਾਰਤੀ ਜਨਤਾ ਪਾਰਟੀ ਦਾ ਬੂਥ ਲਾਇਆ ਸੀ। ਪਿੰਡ ਦੇ ਕੁਝ ਤੇ ਕੁਝ ਬਾਹਰਲੇ ਸ਼ਰਾਰਤੀ ਲੋਕਾਂ ਨੇ ਆ ਕੇ ਲਗਾਤਾਰ ਕੱਲ ਸ਼ਾਮ ਦੀਆਂ ਇਸ ਭਰਾ ਨੂੰ ਧਮਕੀਆਂ ਦੇ ਰਹੇ ਸੀ। ਜਦੋਂ ਸਵੇਰੇ ਬੂਥ ਲਾਇਆ, ਸੰਬੰਧਿਤ ਸਾਰੇ ਹੀ ਸਰਦਾਰ ਗੋਰਾ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ। ਇਹ ਵੋਟ ਆਪਣੀ ਜਿਹੜੀ ਉਹ ਲੋਕਤੰਤਰ ਦੇ ਤਹਿਤ ਜਿੱਥੇ ਕਿਸੇ ਦਾ ਹੱਕ ਆ ਉਹ ਪਾਉਣ ਦਾ ਫਰਜ਼ ਹੈ ਜੀ। ਅਤੇ ਇਹ ਲੋਕ ਰੂਟੀਨ ਦੇ ਨਾਲ ਸਰਦਾਰ ਗੋਰਾ ਸਿੰਘ ਹੁਣੀ ਇਹਨਾਂ ਦੀ ਸਮੁੱਚੀ ਟੀਮ ਬੈਠੀ ਸੀ ਬੂਥ ਦੇ ਉੱਪਰ ਅਤੇ ਪਰਚੀਆਂ ਲੈ ਕੇ ਅਤੇ ਆਪਣੀ ਵੋਟ ਭੁਗਤਾ ਰਹੇ ਸੀ। ਪਿੰਡ ਦੇ ਅਤੇ ਕੁਝ ਬਾਹਰਲੇ ਲੋਕ ਸ਼ਰਾਰਤੀ ਲੋਕ ਆਏ ਨੇ, ਉਹਨਾਂ ਨੇ ਪਹਿਲਾਂ ਆ ਕੇ ਪਾਰਟੀ ਦੇ ਸਾਰੇ ਵੋਟ ਵੀ ਪਾੜ ਦਿੱਤੇ ਨੇ, ਫਿਰ ਆ ਕੇ ਚਾਨਣੀਆਂ ਜਿਹੜੀਆਂ ਉਹ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਪਾਰਟੀ ਵੱਲੋਂ ਇਹਨਾਂ ਨੂੰ ਝੋਲੇ ਬਸਤੇ ਮਿਲੇ ਸੀ ਸਭ ਖੋ ਕੇ ਲੈ ਗਏ। ਤਾਂ ਮੈਂ ਤਾਂ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਕਿ ਲੋਕਤੰਤਰ ਨੂੰ ਹਮੇਸ਼ਾ ਜਿੱਦਾਂ ਰੱਖਣ ਵਾਸਤੇ ਜਿਹੜੇ ਵੀ ਸ਼ਰਾਰਤੀ ਲੋਕਾਂ ਨੇ ਅੱਜ ਲੋਕਤੰਤਰ ਦਾ ਘਾਣ ਕੀਤਾ ਹੈ, ਕਿਉਂਕਿ ਹਰ ਇਨਸਾਨ ਦਾ ਹੱਕ ਹੈ ਕਿ ਜਿੱਥੇ ਵੀ ਉਹਦਾ ਮਨ ਕਰੇ ਉਹ ਵੋਟ ਪਾ ਸਕਦਾ ਹੈ। ਅਤੇ ਜਿਹੜਾ ਇਸ ਨਗਰ ਦੇ ਵਿੱਚ ਭਾਈਚਾਰਕ ਸਾਂਝ ਨੂੰ ਲੋਕਤੰਤਰ ਦਾ ਜਿਨ੍ਹਾਂ ਨੇ ਘਾਣ ਕੀਤਾ ਉਹਨਾਂ ਦੇ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਹੋਣੀ ਚਾਹੀਦੀ, ਤਾਂ ਕਿ ਲੋਕਾਂ ਦੇ ਉੱਤੋਂ ਜਿਹੜਾ ਇਹਨਾਂ ਲੋਕਾਂ ਨੇ ਇਸ ਨਗਰ ਦੇ ਲੋਕਾਂ ਨੇ ਆ ਕੇ ਜਿਹੜਾ ਇਹਨਾਂ ਨੂੰ ਡਰਾਇਆ ਧਮਕਾਇਆ, ਇਹਨਾਂ ਲੋਕਾਂ ਕੋਲੋਂ ਜਿਹੜਾ ਖੌਫ ਹੈ ਜਿਹੜਾ ਦੂਰ ਉਤਰ ਸਕੇ। ਇਸ ਕਰਕੇ ਉਹਨਾਂ 'ਤੇ ਸੰਬੰਧਿਤ ਕਾਰਵਾਈ ਸਾਰਿਆਂ 'ਤੇ ਹੋਣੀ ਚਾਹੀਦੀ ਹੈ। ਸਰਦਾਰ ਗੋਰਾ ਸਿੰਘ ਬੈਠੇ ਨੇ, ਪਰੇਸ਼ਾਨ ਨੇ ਪੂਰੇ, ਇਹਨੂੰ ਹੌਸਲਾ ਬਲ ਦੇਣ ਵਾਸਤੇ ਅਤੇ ਸੰਬੰਧਿਤ ਮਹਿਕਮੇ ਨੂੰ ਵੀ ਅਧਿਕਾਰੀਆਂ ਨੂੰ ਦੱਸ ਦਿੱਤਾ ਕਿ ਇਹਨਾਂ ਲੋਕਾਂ ਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ। ਓਕੇ, ਚਲੋ ਜੀ। ਬਿਲਕੁਲ ਜੀ, ਹਜੇ ਤੱਕ ਜਿਹੜੀ ਹੈ ਸਾਰੇ ਡਿਸਟ੍ਰਿਕਟ 'ਚ 27-30% ਦੇ ਵਿੱਚ ਜਿਹੜੀ ਪੋਲਿੰਗ ਹੁੰਦੀ ਹੈ, ਅਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ 12-3 ਥੋੜ੍ਹੀ ਜਿਹੀ ਢਿੱਲੀ ਰਹੇਗੀ, 3 ਵਜੇ ਤੋਂ ਬਾਅਦ ਫਿਰ ਜ਼ੋਰ ਫੜੇਗੀ। ਇੱਕਾ ਦੁੱਕਾ ਮਾੜਾ ਮੋਟਾ ਕਿਤੇ ਆਪਸ 'ਚ ਖਹਿਬਾਜ਼ੀ ਜਿਵੇਂ ਪਿੰਡਾਂ 'ਚ ਹੁੰਦੀ ਹੈ ਉਹ ਹੈਗੀ ਹੈ, ਬਾਕੀ ਪੀਸਫੁਲੀ ਚੱਲ ਰਹੀ। ਇਹ ਪਿੰਡ 'ਚ ਕੀ ਗੱਲਬਾਤ ਹੋਈ ਹੈ? ਉਹ ਇੱਥੇ ਉਹਦੀ ਘਰੇ ਕਿਸੇ ਨੇ ਆਪਣਾ ਬੂਥ ਬਾਥ ਲਾਇਆ ਹੋਇਆ ਸੀ, ਉਹ ਕਹਿੰਦੇ ਉੱਥੇ ਛਬੀਲ ਦਾ ਪਾਣੀ ਪੂਣੀ ਰੋੜ ਕੇ ਸਮੱਗਰੀ ਸਮੁਗਰੀ ਲੈ ਗਏ, ਉਹ SHO ਤੇ ਉਹ ਕਰਵਾ ਰਹੇ ਨੇ, ਕੋਈ ਅੱਠੀ ਕਰ ਰਹੀ। ਹਾਂਜੀ ਹਾਂਜੀ, ਬਿਲਕੁਲ, ਸਾਰਾ ਪੀਸਫੁਲ। ਓਕੇ।